ਜਾਓ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮੁ ਅਲੈਕੁਮ, ਕੀ ਹਾਲ ਚਾਲ ਭਾਈ ਸਾਹਿਬ? ਠੀਕ ਠਾਕ ਨਾ? ਅੱਜ ਦਾ ਮਜ਼ੇਦਾਰ ਜਿਹਾ ਵਲੋਗ ਕਰਨਾ ਸਟਾਰਟ ਭਾਈ ਆ। ਕੱਲ੍ਹ 14 ਅਗਸਤ ਜੇ, ਅੱਜ 13 ਤਰੀਕ ਹੈ ਅਤੇ ਕੱਲ੍ਹ 14 ਅਗਸਤ ਜੇ, ਅਤੇ 14 ਅਗਸਤ ਵਾਸਤੇ ਝੰਡੀਆਂ ਝੁੰਡੀਆਂ ਅਜੇ ਤੱਕ ਕੋਈ ਸਮਾਨ ਨਹੀਂ ਲੈ ਕੇ ਆਏ। ਚਲੋ ਚੱਲਦੇ ਹਾਂ ਨਾਲ ਦੇ ਅੱਡੇ 'ਚ, ਉੱਥੋਂ ਜਾ ਕੇ ਨਾਲੇ ਝੰਡਾ ਲੈ ਕੇ ਆਉਂਦੇ ਹਾਂ ਵੱਡਾ ਸਾਰਾ, ਅਤੇ ਉਸ ਤੋਂ ਬਾਅਦ ਝੰਡੀਆਂ ਛੰਡੀਆਂ ਲੈ ਕੇ ਆਉਂਦੇ ਹਾਂ, ਬੈਜ ਬੂਝ ਲੈ ਕੇ ਆਉਂਦੇ ਹਾਂ। ਬਹੁਤਾ ਖਰਚਾ ਨਹੀਂ ਹੋਣਾ ਮੇਰਾ, ਕਿਉਂਕਿ ਬਾਕੀ ਸਾਰੇ ਗਏ ਨੇ ਫੋਟਾ ਬਸ, ਇਕੱਲਾ ਅਨੀਬ ਘਰ ਹੈ, ਅਨੀਬ ਵਾਸਤੇ ਸਮਾਨ ਲਿਆਉਣਾ ਪੈਣਾ, ਬਾਕੀ ਹੋਰ ਕੋਈ ਨਹੀਂ ਹੈ ਘਰ, ਬਾਕੀ ਸਾਰੇ ਜਣੇ ਫੋਟਾ ਬੱਸ ਗਏ। ਮੈਂ ਤਾਂ ਆਪਣੇ ਜੋਗਾ ਬਹੁਤਾ ਕੁਛ ਨਹੀਂ ਲਿਆਉਣਾ, ਬਸ ਸਾਰੀਆਂ ਸ਼ੈਵਾਂ ਇੱਕ ਇੱਕ ਲੈ ਕੇ ਆਉਣੀਆਂ ਨੇ। ਅਤੇ ਅਨੀਪ, ਤੈਨੂੰ ਕੀ ਚਾਹੀਦਾ 14 ਅਗਸਤ ਵਾਸਤੇ? ਮੈਂ ਚਾਹੁੰਦਾ ਝੰਡੀਆਂ ਅਤੇ ਬਾਜੇ ਬਸ। ਬਾਜਾ ਤਾਂ ਪਿਆ ਘਰ, ਝੰਡੀਆਂ ਸਿਰਫ ਝੰਡੀਆਂ ਕਿੰਨੀਆਂ ਕੁ ਚਾਹੀਦੀਆਂ? ਜਿਹੜੀ ਜਿਹੜੀ ਸ਼ੈ ਕਹੇਗਾ ਮੈਂ ਲਿਆ ਦਾਂਗਾ, ਫਿਰ ਨਾ ਆਖੀ ਹੁਣ ਤੂੰ ਚੇਤਾ ਕਰ ਲੈ ਆਪੀ, ਦੱਸ ਲੈ ਕਿਹੜੀ ਕਿਹੜੀ ਸ਼ੈ ਲਿਆਉਣੀ ਹੈ, ਕਿਉਂਕਿ ਮੈਂ ਤਾਂ ਚੱਲਾਂ ਵਾ ਆਪਣੇ ਜੋਗਾ ਸਮਾਨ ਲੈਣ 14 ਅਗਸਤ ਵਾਸਤੇ, ਅਤੇ ਨਾਲ ਤੇਰੇ ਜੋਗਾ ਵੀ ਲਿਆਵਾਂਗਾ। ਤੁਹਾਨੂੰ ਕੀ ਚਾਹੀਦਾ? ਚੰਡੀਆਂ। ਹਾਂ, ਜਲਦੀ ਜਲਦੀ ਸੋਚ, ਮੇਰੇ ਕੋਲ ਟਾਈਮ ਨਹੀਂ ਆਇਆ ਨਾ। ਵੱਡੀਆਂ ਚੰਡੀਆਂ? ਚੰਡੀਆਂ ਤੇ ਵੱਡੀਆਂ ਚੰਡੀਆਂ, ਉਹ ਛੋਟੀਆਂ ਹੁੰਦੀਆਂ ਨੇ, ਉਹ ਛੋਟੀਆਂ ਹੁੰਦੀਆਂ, ਉਹ ਵੱਡੀਆਂ ਵੱਡੀਆਂ ਵਾਲੀਆਂ। ਕਿਹੜੀਆਂ ਵੱਡੀਆਂ? ਉਹ ਜਿਹੜੀਆਂ ਉਹ ਜਿਹੜੀਆਂ ਥੋੜੀਆਂ ਛੋਟੀਆਂ ਹੁੰਦੀਆਂ, ਥੋੜੀਆਂ ਜਿਹੜੀਆਂ ਗੇਠ ਜਿਹੀ ਹੁੰਦੀ। ਚੱਲ ਜਿਹੜੀ ਵੀ ਚੰਡੀਆਂ ਲੈ ਕੇ ਆਉਣੀਆਂ ਵੱਡੀਆਂ ਚੰਡੀਆਂ, ਤੇ ਹੋਰ ਉਹਦੇ 2 ਪੈਕਟ ਲੈ। ਨਹੀਂ, ਤੂੰ ਇੰਨੀਆਂ ਝੰਡੀਆਂ ਕਰਨੀ ਆ, ਤੂੰ ਘਰ ਲਾਉਣੀ, ਘਰ ਤਾਂ ਤੈਨੂੰ ਇੱਥੇ ਕਿਤੇ ਲਾ ਨਹੀਂ ਦੇਣੀ ਆ, ਕਿਉਂਕਿ ਇੱਥੇ ਰੰਗ ਰੁੰਗ ਹੋਇਆ ਅਤੇ ਇੱਥੇ ਫਿਰ ਆਟਾ ਲਾ ਕੇ ਜੋੜਨੀਆਂ ਪੈਂਦੇ ਨਾ, ਇੱਥੇ ਤੈਨੂੰ ਲਾ ਨਹੀਂ ਦੇਣੀਆਂ, ਇਕੱਲੀ ਛੱਤ 'ਤੇ ਲਾਉਣੀਆਂ ਵੀ ਵੇਰੇ 'ਤੇ, ਅਤੇ ਫਿਰ ਬਹੁਤੀਆਂ ਝੰਡੀਆਂ ਤਾਂ ਨਹੀਂ ਨਾ ਚਾਹੀਦੀਆਂ। ਕੋਈ ਹੋਰ ਸ਼ਹਿਰ ਦੱਸ ਨਾ, ਤੂੰ ਆਪਣੇ ਯਾਰਾਂ ਕੋਲ ਵੇਖੀਆਂ, ਤੇਰੇ ਯਾਰਾਂ ਕੀ ਲੈ ਕੇ ਆਏ ਨੇ, ਅਤੇ ਤੂੰ ਉਹ ਜਾਵਾਂਗੇ ਨਹੀਂ ਕੁਛ ਵੀ, ਅਤੇ ਫਿਰ ਚੁੰਮ ਸੁਬਾਹ 14 ਅਗਸਤ 'ਤੇ ਫਿਰ ਉਹਨਾਂ ਲਿਆਉਣਾ ਵੀ ਨਹੀਂ। ਅਨੀਪ ਕਨਫਿਊਜ਼ ਹੋ ਗਿਆ ਜੇ, ਅਨੀਪ ਕਹਿੰਦਾ ਮੈਨੂੰ ਇੱਥੇ ਸਮਝ ਨਹੀਂ ਆਉਂਦੀ, ਮੈਨੂੰ ਲਾਉਣ ਲੈ ਕੇ ਜਾਓ, ਅਤੇ ਘਰ ਵੀ ਹੈ ਨਹੀਂ ਕੋਈ, ਇੱਥੇ ਸਾਡੇ ਪਿੰਡ ਫੋਤਕੀ ਹੋਈ ਹੈ, ਮੀਂਹ ਹੋਰੀ ਉਹਨਾਂ ਘਰ ਗਏ ਨੇ, ਅਤੇ ਅਨੀਪ ਤਾਂ ਆਮ ਨਾਲ ਘਰ ਰਹਿਣਾ ਸੀ, ਅਨੀਪ ਕਹਿੰਦਾ ਹੁਣ ਨਾਲ ਜਾਣਾ, ਫਿਰ ਘਰ ਕੌਣ ਰਹੇਗਾ? ਹੈਂ, ਇਕੱਲੀ ਭੈਣ ਘਰ ਰਹੇਗੀ? ਮੈਂ ਆਪੇ ਘਰ ਹੀ ਨਾ, ਜੋ ਸ਼ੈ ਆਪਣੇ ਵਾਸਤੇ ਲਿਆ ਗਿਆ ਉਹ ਮੇਰੇ ਵਾਸਤੇ ਵੀ ਲੈ ਆਇਓ। ਇਹਨੂੰ ਕਹਿੰਦੇ ਨੇ ਜੀਨੀਅਸ ਦਿਮਾਗ, ਉਹਨੇ ਆਖਿਆ ਜੇ ਭਾਈ ਸੇਬ ਬਣਾ, ਜਿਹੜੇ ਜਿਹੜੀ ਸ਼ੈ ਲਿਆਉਣਗੇ ਉਹੀ ਮੇਰੇ ਜੋਗੀ ਲੈ ਆਇਓ, ਮੈਂ ਤਾਂ ਵਾਹਵਾ ਸਾਰਾ ਸਮਾਨ ਲਿਆਉਣਾ ਆਪਣੇ ਜੋਗਾ, ਮੇਰੇ ਵਾਸਤੇ ਵੀ ਲੈ ਆਇਓ ਆਪਣੇ। ਮੈਂ ਇਹਦੇ ਵਾਸਤੇ ਆਪੀ ਵੀ ਕੁਛ ਨਹੀਂ ਲੈ ਕੇ ਆਉਣਾ। ਚਲੋ ਵੀ ਹੁਣ ਚੱਲਦੇ ਹਾਂ ਅਤੇ ਜਾ ਕੇ ਲੈ ਕੇ ਆਉਂਦੇ ਹਾਂ। ਬਾਕੀ ਅਨੀਪ ਘਰ ਰਹੀ, ਕੋਈ ਵੀ ਆਏ ਨਾ ਬੂਹਾ ਨਹੀਂ ਖੋਲ੍ਹਣਾ, ਉਹਨੂੰ ਕਹਿਣਾ ਘਰ ਹੈ ਨਹੀਂ ਕੋਈ ਵੀ, ਠੀਕ ਹੈ? ਬਸ ਅੰਮੀ ਹੋਰ ਜਾਣਗੇ ਫਿਰ ਖੋਲ ਲਿਓ, ਫਿਰ ਭਾਵੇਂ ਅੰਮੀ ਹੋਰ ਕਹੀ ਜਾਊ ਘਰ ਹੈ ਨਹੀਂ ਕੋਈ। ਚਲੋ ਜੀ, ਮੋਟਰਸਾਈਕਲ ਬਾਹਰ ਕੱਢੀਏ ਆਪਣੀ, ਚਲੀਏ। 14 ਅਗਸਤ ਵਾਸਤੇ ਸਮਾਨ ਲੈਣ ਚੱਲਾ ਹਜੇ, ਅਤੇ ਨਾਲ ਹੰਦਲਾ ਵੀ ਆ ਗਿਆ ਜੀ ਮੇਰਾ ਡਰਾਈਵਰ, ਚੱਲ ਵੀ ਡਰਾਈਵਰ ਜਾਣ ਦੇ, ਹੁਣ ਮੋੜਾਂ 'ਚ ਪਹੁੰਚ ਕੇ ਵੇਖ ਲੈ, ਵੇਖਦੇ 14 ਅਗਸਤ ਵਾਸਤੇ ਕਿਹੜਾ ਕਿਹੜਾ ਸਮਾਨ ਲੱਭਦਾ। ਤੂੰ ਨਹੀਂ ਲਿਆ ਸਮਾਨ 14 ਅਗਸਤ ਵਾਸਤੇ? ਨਹੀਂ ਨਹੀਂ ਮੈਂ ਨਹੀਂ ਲਿਆ। ਅਤੇ ਲੈਣਾ ਵੀ ਨਹੀਂ? ਲੈਣਾ। ਆ ਜੇ ਵੀ 14 ਅਗਸਤ ਵਾਲੀ ਦੁਕਾਨ, 14 ਅਗਸਤ ਵਾਲੀ ਦੁਕਾਨ ਨੇ ਪਹੁੰਚ ਗਏ ਜੇ, ਅਤੇ ਹੰਦਲਾ ਸੂਟ ਲੈਣਾ ਮੈਂ 14 ਅਗਸਤ ਵਾਸਤੇ। ਹਾਂ ਚੈੱਕ ਕਰ, ਹਾਂ ਪੂਰਾ ਕੱਛਾ ਸ਼ਰਟ ਹੈ, ਸਹੀ ਹੈ ਤੇਰੇ ਵਾਸਤੇ, ਠੀਕ ਮੇਰੀ ਸ਼ਰਟ ਪੁਰਾਣੀ, ਤੇਰੇ ਜੋਗਾ ਐਡਾ ਨਵੇਂ ਲੱਭਿਆ ਨਾ, ਮੇਰੀ ਜੋਗੀ ਪੁਰਾਣੀ ਸ਼ਰਟ। ਕੋਈ ਗੱਲ ਨਹੀਂ, ਭੋਲਾਂਗੇ। ਆ ਜੇ 14 ਅਗਸਤ ਦਾ ਸਮਾਨ। ਸਲਾਮ ਅਲੈਕੁਮ ਭਾਈ, ਕੀ ਹਾਲ ਸੀ? ਆ ਜੇ ਨਿੱਕੀਆਂ ਚੜ੍ਹੀਆਂ, ਅਤੇ ਆ ਜੇ ਵੱਡੀਆਂ ਚੜ੍ਹੀਆਂ, ਅਤੇ ਨਹੀਂ ਕਹਿੰਦਾ ਸੀ ਵੱਡੀਆਂ ਚੜ੍ਹੀਆਂ ਲੈਣੀਆਂ, ਅਤੇ ਉਸ ਤੋਂ ਵੀ ਹੁੰਦੀ ਆ। ਅਤੇ ਆ ਜੇ 14 ਅਗਸਤ ਵਾਸਤੇ ਬੈਜ, ਆ ਵੀ ਬੈਜ, ਆ ਵੀ ਆ ਵੀ ਆ ਵੀ ਵਾਹਵਾ ਸਾਡੇ ਤਰੀਕਿਆਂ ਦੇ ਬੈਜ,
ਹੁਣ ਪਤਾ ਨਹੀਂ ਮੈਂ ਕਿਵੇਂ ਚਲਾ, ਮੈਨੂੰ ਸਮਝ ਨਹੀਂ ਆਉਂਦੀ। ਅਤੇ ਆ ਜੇ ਝੰਡੇ ਸਾਰ ਨਾਲ ਵੱਡਾ ਝੰਡਾ ਲੈਣਾ ਸੀ ਐਵੇਂ। ਆ ਜੇ ਬਈ 14 ਅਗਸਤ ਦਾ ਬੈਚ ਜਿਹ 'ਚ ਲਾਈਟਾਂ ਬਲਦੀਆਂ ਨੇ ਅਤੇ ਨੀਰ ਨੂੰ ਲਾਈਟਾਂ ਦਾ ਬੜਾ ਪਸੰਦ ਜੀ, ਇਹ ਵੀ ਦਿੰਦੇ ਹਾਂ, ਦੋ ਦਿੰਦੇ ਹਾਂ। ਹੁਣ ਇਹ ਟੁੱਟ ਚੱਲਦਾ ਸੀ, ਝੰਡੀਆਂ ਵੇਖੀਆਂ ਜੇ ਸਾੜੀਆਂ ਜੀ, ਆਹ ਜਿਹੜੀਆਂ ਬਹੁਤੀਆਂ ਵੱਡੀਆਂ ਜੇ ਅਤੇ ਆਹ ਬਹੁਤ ਛੋਟੀਆਂ ਜੇ, ਅਤੇ ਆਹ ਲੱਗੀਆਂ ਜੇ ਸਹੀ, ਪੂਰੀਆਂ ਪੂਰੀਆਂ ਨਾ ਵੱਡੀ ਸਨ ਸਹੀ ਨੇ। ਅਤੇ ਆਹ ਜੇ ਸਿਰ 'ਚ ਬੰਨਣ ਵਾਸਤੇ ਇਹ ਵੀ ਲੈਣੇ ਜੇ, ਇਹ ਤੂੰ ਲੈ, ਤੇਰੀ ਮਿਹਰਬਾਨੀ, ਆਪ ਹੀ ਲੈਣਾ ਕਿ ਮੈਂ ਲੈ ਕੇ ਦੱਸ, ਮੈਂ ਲੈ ਲਾਂਗਾ। ਆਹ ਲੈਣ ਲੱਗੇ ਜੀ ਵੀ, ਦੋ ਆ ਵੀ ਲੈਣ ਲੱਗੇ ਜੀ ਸਿਰ 'ਚ ਬਣਾਉਣ ਵਾਲੇ, ਆਹ ਵੀ ਦੇਖ ਲਓ ਭਾਈ, ਦੋ ਦੋ ਦੇਖ ਲਓ, ਇੱਕ ਬਲਾਵਲ ਆ ਅਤੇ ਇੱਕ ਨੀ ਬਸ, ਇੱਕ ਦਊ ਦੱਸ, ਬਲਾਵਲ ਘਰ ਹੈ ਨਹੀਂ, ਦਊਦ ਘਰ ਹੈ ਨਹੀਂ, ਕੱਲ੍ਹ ਨੂੰ ਨਾ ਜਾ ਜਾਂਦਾ ਸ਼ਾਮ ਠੀਕ, ਤੈਨੂੰ ਕਿ ਨਹੀਂ ਆ ਗਿਆ ਮੇਰਾ ਰਾਬਤਾ ਭਾਈ, ਉਹਨਾਂ ਨੇ ਤਕਰੀਬਨ ਹਫ਼ਤਾ ਡੇਢ ਆਉਣਾ। ਅਨੀਪ ਜੋਗੀ ਇੱਕ ਐਨਕ ਵੀ ਲੈਣੀ ਜੀ ਬਈ 14 ਅਗਸਤ ਵਾਲੀ, 14 ਅਗਸਤ ਵਾਸਤੇ ਸਮਾਨ ਲੈ ਲਿਆ ਜੇ, ਅਤੇ ਚਲੋ ਵੀ ਜਾਣ ਦਿਓ, ਡਰਾਈਵਰ ਸਾਹਿਬ ਹੁਣ ਬ੍ਰੇਕ ਨਾ ਲੱਗੇ ਪਿੰਡੋਂ ਪਹਿਲਾਂ। 14 ਅਗਸਤ ਵਾਸਤੇ ਸਮਾਨ ਲਿਆ ਜੇ, ਬਹੁਤਾ ਸਮਾਨ ਨਹੀਂ ਲਿਆ, ਥੋੜ੍ਹਾ ਜਿਹਾ ਲਿਆ ਜੇ, ਕਿਉਂਕਿ ਨੀਪ ਦੇ ਸਮਝ 'ਚ ਕੁਛ ਨਹੀਂ ਆਉਂਦਾ ਕੀ ਲੈਣਾ, ਅਤੇ ਫਿਰ ਜੋ ਕੁਛ ਮੈਂ ਆਪਣੇ ਜੋਗਾ ਲਿਆ ਉਹ ਨੀਪ ਜੋਗਾ ਵੀ ਲੈ ਲਿਆ ਜੇ। 14 ਅਗਸਤ ਦਾ ਸਮਾਨ ਲੈ ਕੇ ਘਰ ਆਇਆ ਜੇ, ਅਤੇ ਸਾਡੀ ਸਲਾਹ ਸੀ ਅੱਜ ਝੰਡਾ ਵੀ ਲਾਉਣ ਦੀ, ਪਰ ਹਨੇਰਾ ਪੈ ਗਿਆ ਜੇ, ਅਤੇ ਅਸੀਂ ਤਾਂ ਬੜੀ ਜਲਦੀ ਕੀਤੀ ਕਿ ਹੋ ਕੇ ਆਈਆਂਗੇ, ਕਿਉਂਕਿ ਅੱਜ ਕੱਲ੍ਹ ਸਾਰੀ ਦਿਹਾੜੀ ਗਰਮੀ ਹੁੰਦੀ ਬੜੀ, ਅਸੀਂ ਪਿਛਲੇ ਟਾਈਮ ਗਏ ਤਾਂ ਆਉਂਦੇ ਆਉਂਦੇ ਹਨੇਰਾ ਪੈ ਗਿਆ, ਬਾਹਰ ਫੁੱਲ ਹਨੇਰਾ ਪੈ ਗਿਆ ਜੇ, ਅਤੇ ਇੱਧਰ ਬੈਠਾ ਜੇ ਸਾਡਾ ਜਵਾਨ। ਤੂੰ ਸ਼ਰਟ ਕਿਉਂ ਲਾਈ ਹੈ ਜੀ? ਗਰਮੀ ਲੱਗਦੀ ਹੈ। ਇੰਨੀ ਗਰਮੀ ਆ ਗਈ ਸ਼ਰਟਾਂ ਲਾਉਣ ਨੂੰ ਜ਼ਰੂਰਤ ਹੈ? ਹਾਂਜੀ। ਬੈਠਾ ਵੀ ਪੰਖੇ ਥੱਲੇ, ਇੰਨੀ ਗਰਮੀ ਲੱਗਦੀ ਤੈਨੂੰ? ਗਰਮੀ ਬੜੀ ਹੋ ਗਈ ਹੈ। ਅਤੇ ਕੀ ਮੰਗਵਾਇਆ ਸੀ ਫਿਰ ਤੁਸੀਂ? ਜੋ ਮੰਗਵਾਇਆ ਸੀ ਮੈਂ ਉਹ, ਮੈਂ ਤਾਂ ਆਪਣੇ ਜੋਗੇ ਝੰਡੀਆਂ ਲਿਆਉਂਦੀ ਨਹੀਂ। ਹੈਂ, ਦੱਸ ਫਿਰ ਹੁਣ ਜਲਦੀ ਘਰ, ਫਿਰ ਟਾਈਮ ਥੋੜ੍ਹਾ ਹੈ ਮੇਰੇ ਕੋਲ। ਦਿਖਾਓ ਕੀ ਕੀ ਲਿਆਉਂਦਾ ਜੀ? ਲੈ ਵੀ ਜਗ੍ਹਾ ਲਿਆਉਂਦਾ ਜੀ, ਸਾਰਨਾ ਪਹਿਲਾਂ ਹੀ ਝੰਡੀਆਂ, ਫਿਰ ਉਸ ਤੋਂ ਬਾਅਦ ਆ ਸਿਰ 'ਤੇ ਬੰਨਣ ਵਾਸਤੇ, ਹੋਰ ਹੋਰ ਕਿੰਨਾ ਤੁਰਦੋ ਕੀ ਆਉਣਾ, ਇੱਕ ਬਾਜਾ ਪਿਆ ਘਰ, ਅਤੇ ਤੁਰਦੋ ਦਾ ਬੈਜ ਵੀ ਲਿਆਉਂਦੇ ਹੋ, ਉਹ ਵੀ ਲਾਈਟਾਂ ਵਾਲਾ, ਆਹ ਚੈੱਕ ਕਰ, ਚੈੱਕ ਕਰਾ ਦਿੰਦੇ ਲਾਈਟਾਂ, ਚੈੱਕ ਕਰਾਂ, ਸੋਹਣਾ ਜੀ ਸੋਹਣੇ। ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ ਭਾਈ ਸਾਹਿਬ, ਠੀਕ ਨਾ? ਅੱਜ 14 ਅਗਸਤ ਦੇ ਬਾਹਰ ਜਾਣ ਲੱਗੇ ਜੇ, ਜ਼ੋਰ ਜ਼ੋਰ ਦੀ ਪੀਪੀਆ ਵਜਾਣ, ਬਾਜੇ ਵਜਾਣ। ਨੀਬ, ਹਾਂਜੀ, ਤੂੰ ਲਾ ਫਿਰ ਝੰਡੀਆਂ। ਅੱਛਾ, ਛੱਤ 'ਚ ਮੈਂ ਹੁਣ ਹੀ ਵੇਖਿਆ ਇਹਨਾਂ ਨੇ ਬਾਜਿਆਂ ਵਾਲੀ ਟੀਮ ਬਣਾ ਲਈ ਹੈ। ਟੀਮ ਬਣਾਈ ਕਾਹਦੀ? ਇਹ ਬਾਜੇ ਲੈ ਕੇ ਇੱਕ ਦੋ ਮੁੰਡਿਆਂ ਨੂੰ ਬੁਲਾ ਕੇ ਤੇ ਟੀਮ ਬਣਾ ਲਈ ਵੱਡੀ ਜੀ, ਬਾਜੇ ਵਜਾਉਣ ਵਾਸਤੇ, ਸਾਰਿਆਂ ਦੇ ਘਰਾਂ ਤੰਗ ਕਰਨ ਵਾਸਤੇ। ਲਓ ਜੇ ਨੀਬ ਤਿਆਰ ਹੋ ਗਏ 14 ਅਗਸਤ ਵਾਸਤੇ, ਸ਼ਰਟ ਪੁਰਾਣੀ ਪਾਈ ਹੋ, ਅਤੇ ਜਿਹੜਾ ਮੈਂ ਸਮਾਨ ਲਿਆ ਦਿੱਤਾ ਸੀ ਐਨਕ, ਐਨਕ ਟੁੱਟੀ ਆਈ ਅਤੇ ਉਹੀ ਲਾ ਲਈ, ਆਹ ਸਿਰ 'ਚ ਬਣਾ ਲਾ ਵੀ, ਅਤੇ ਆਹ ਲਾਈਟਾਂ ਲਾ ਵੀ, ਇਹ ਰਾਤ ਨੂੰ ਬਦਲਣਗੀਆਂ, ਹੁਣ ਬਲਿਆ ਲੱਭਦੀਆਂ ਨਹੀਂ, ਅਤੇ ਨਹੀਂ ਬਿਲਕੁਲ ਤਿਆਰ ਹੋ ਗਏ, ਝੰਡੀਆਂ ਲਾ ਲਈਆਂ ਜੀ। ਆਹ ਹਾਂ ਵਹਾਨ, ਆਹ ਚੈੱਕ ਕਰੋ ਜੀ, ਆਹ ਜੇ ਨੀਵੇਂ ਲਾਈਆਂ ਝੰਡੀਆਂ ਸਾਰੀਆਂ, ਇੱਥੇ ਲਾ ਖੜੀਆਂ, ਅੱਧੀਆਂ ਰੱਖੀਆਂ ਨੇ ਅੰਦਰ, ਅੱਧੀਆਂ ਰੱਖੀਆਂ, ਅੱਛਾ ਅੱਧੀਆਂ ਲੱਗੀਆਂ, ਕਾਹਦੇ ਨਾਲ ਲਾਈਆਂ? ਆਟੇ ਨਾਲ, ਆਟੇ ਨਾਲ, ਹਾਂਜੀ। ਅਨੀਬ ਨੇ ਆਹ ਲਾਈਆਂ ਝੰਡੀਆਂ ਬਈ, ਕਮੈਂਟ ਕਰਕੇ
ਜ਼ਰੂਰ ਦੱਸਿਓ ਸਹੀ ਲੱਗੀਆਂ ਨਾ, ਮੈਨੂੰ ਤਾਂ ਨਹੀਂ ਸਹੀ ਲੱਗੀਆਂ। ਸਹੀ ਨੇ ਹਾਂਜੀ। ਅਨੀਬ ਦੇ ਕੰਮ ਚੈੱਕ ਕਰੋ, ਫੁੱਲ ਦੁਪਹਿਰਾਂ ਦਾ ਟਾਈਮ, ਫੁੱਲ ਧੁੱਪ ਚੜੀ ਹੈ ਅਤੇ ਬਾਜੇ ਵਜਾਉਂਦਾ ਫਿਰਦਾ ਜੀ। ਅਸੀਂ ਹੁਣ ਟੀ ਬਣਾਉਣੀ, ਹੁਣ ਤਾਂ ਵਜਾਉਣੀ, ਹੁਣ ਤਾਂ ਵਜਾਉਣੀ ਨਹੀਂ। ਇੰਨੇ ਵੀ ਤੁਸੀਂ ਕੀ ਆਖੋ, ਮੈਂ ਘਰ ਸੁੱਤਾ ਹਾਂ ਅਤੇ ਮੇਰਾ ਸਿਰ ਪੀਰ ਕਰਨ ਲੱਗ ਪਿਆ, ਸੁੱਤਾ ਉੱਠ ਕੇ ਆ ਗਿਆ ਮੈਂ। ਤੁਹਾਡਾ ਕਰਨਾ ਪੈਣਾ, ਅਸੀਂ ਦੌੜ ਨਹੀਂ ਜਾਣਾ ਕਰਨਾ, ਦੌੜਨ ਦੇ ਨਹੀਂ ਤੁਹਾਨੂੰ। ਬਾਜੇ ਕਿੰਨਾ ਰਾਜੀ ਤੇਰੇ, ਓਏ ਸਿਰ ਪੀਰ ਲਾ ਰਿਹਾ ਨੇ ਮੇਰਾ, ਕੇ ਬਾਪ ਨੂੰ ਨੰਗਰ ਨਹੀਂ ਦੇਣ ਦੇ। ਇਹ ਕਹਿ ਵੀ ਬੜਾ ਸ਼ੋਰ ਹੈ ਬਾਜਿਆਂ ਦਾ, ਤੇਰੀ ਕਿਆ ਸੀਟਾ ਸੀ, ਮੈਂ ਖੋਲਾਂ ਨਾ ਬਾਜੇ ਸਾਰਿਆਂ ਕੋਲੋਂ, ਮੇਰੇ ਲੱਗ ਗਿਆ ਤਾਂ ਮੈਂ ਸਾਰਿਆਂ ਕੋਲ ਬਾਜੇ ਖੋਲਾਂ ਨਾ, ਫਿਰ ਰੱਖਿਓ ਮੈਂ ਖੋਲ ਘਰ ਲੈ ਜਾਣੀ। ਜਾਣੇ ਲੱਗੇ ਰਹੇ ਫੁੱਲ ਜ਼ੋਰ ਸ਼ੋਰ 'ਚ, ਸੱਚੀ ਗੱਲ ਹੈ ਕਿਤੇ ਖਲੋਣ ਵੀ ਨਹੀਂ ਦੇਣਦੇ, ਸਿਰ ਪੀਰ ਲਾਹਰੀ ਜੇ। ਅਤੇ ਹੁਣ ਮੈਂ ਵਾਪਸ ਘਰ ਆ ਗਏ ਰੇ ਅਤੇ ਟਾਈਮ ਹੋ ਗਿਆ 3 ਵਜੇ ਦਾ, ਹਜੇ ਤੱਕ ਮੈਂ ਸੁਬਹਾ ਦੇ ਕੱਪੜੇ ਛੱਪੜੇ ਨਹੀਂ ਪਾਏ, ਮੇਰੇ ਕੋਲ ਹੈ ਵੀ ਸ਼ਰਟ 14 ਅਗਸਤ ਵਾਲੀ ਪਰ ਮੈਂ ਪਾਈ ਨਹੀਂ, ਮੈਂ ਸੌਂ ਗਿਆ। ਅਤੇ ਹੁਣ ਨਹਾ ਧੋ ਕੇ ਕੱਪੜੇ ਬਦਲਨੇ ਆ, ਤੁਹਾਨੂੰ ਵਿਖਾਉਂਦੇ ਹਾਂ ਆਪਣੀ ਸ਼ਰਟ 14 ਅਗਸਤ ਵਾਲੀ। ਲਓ ਜੀ ਮੈਂ ਨਹਾ ਧੋ ਕੇ ਕੱਪੜੇ ਚੇਂਜ ਕਰ ਲਏ ਜੇ, 14 ਅਗਸਤ ਵਾਲੀ ਆ ਸ਼ਰਟ ਪਾਈ ਜੇ, ਕਮੈਂਟ ਕਰਕੇ ਜ਼ਰੂਰ ਦੱਸੋ ਸੋਹਣੀ ਲੱਗਦੀ ਪਈ ਨਾ। ਅਤੇ ਇਹਦੇ ਮੇਰੇ ਡਰਾਈਵਰ ਦੇ ਕੰਮ ਚੈੱਕ ਕਰੋ, ਇਹਨਾਂ ਕਾਲਾ ਸੂਟ ਪਾਇਆ, ਤੂੰ ਨਹੀਂ 14 ਅਗਸਤ ਵਾਲੀ ਪਾਏ ਕੱਪੜੇ? ਮੈਂ ਲਾਹੜੇ ਨੂੰ ਪਾ ਦਿੱਤੇ। ਲਾਹ ਵੀ ਛੇੜੇ ਨੇ? ਮੈਂ ਸੁਬਹਾ ਸੁੱਤਾ ਹੀ ਹੁਣ ਉੱਠਿਆ ਪਹਿਲਾਂ ਕੰਮ ਸ਼ਾਮ, ਕਿਉਂਕਿ ਮੈਂ ਕੱਲਾ ਘਰ ਨਾ, ਕੰਮ ਸ਼ਾਮ ਕਰਦੇ ਲੇਟ ਹੋ ਗਈ ਅਤੇ ਫਿਰ ਮੈਂ ਸੌਂ ਗਿਆ, ਥੱਕ ਗਿਆ ਹਾਂ। ਮਨਾ ਕੇ 14 ਅਗਸਤ ਸੌਂ ਗਏ, ਹੁਣ ਫਿਰ ਉੱਠ ਪਿਆ। ਚਲੋ ਹੁਣ ਕੁਛ ਖਾਣ ਪੀਣ ਚੱਲਦੇ ਹਾਂ ਅਤੇ ਖਾ ਕੇ ਆਉਂਦੇ ਹਾਂ 14 ਅਗਸਤ 'ਚ। ਅਤੇ ਕੀ ਖਵਾਉਣੇ ਫਿਰ 14 ਅਗਸਤ ਵਾਲੇ ਦਿਨ? ਨਾਨ ਪਕੌੜੇ ਖਾਈਏ। ਨਾਨ ਪਕੌੜੇ ਤੈਨੂੰ ਪਤਾ? ਆਹੋ ਚੱਲ ਫਿਰ ਸ਼ਵਾਰਮਾ ਖਾ ਆਉਂਦੇ। ਆਹੋ ਸ਼ਵਾਰਮਾ ਖਾਣੇ ਆ, ਚੱਲ ਜਾਣ ਦੇ। ਸ਼ਵਾਰਮਾ ਵਾਲੀ ਦੁਕਾਨੇ ਆ ਗਏ ਜੀ। ਸਲਾਮ ਅਲੈਕੁਮ ਭਾਈਆ, ਸ਼ਵਾਰਮਾ ਖਾ ਲਿਆ ਜੇ ਤੇ ਹੁਣ ਚੱਲੀਏ ਘਰ ਨੂੰ। ਆਹ ਜੇ ਮੇਰਾ ਅੱਜ ਦਾ ਮਜ਼ੇਦਾਰ ਜਿਹਾ ਵਲੌਗ, ਉਮੀਦ ਕਰਾਂ ਤੁਹਾਨੂੰ ਵੇਖ ਕੇ ਮਜ਼ਾ ਆਏਗਾ। ਜੇ ਮਜ਼ਾ ਆਏਗਾ ਤਾਂ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਫਿਰ ਮਿਲਾਂਗੇ ਨੈਕਸਟ ਵਲੌਗ 'ਚ। ਲਾ ਹਾਫੀਜ਼।